ਜਾਣ ਦੇਵੇ ਨਾ ਜਾਣ ਦੇਵੇ ਸਰਕਾਰ ਦੀ ਮਰਜ਼ੀ। ਉਹ ਤਾਂ ਕਹਿ ਰਹੇ ਵੀ ਟਰੈਕਟਰ ਟਰਾਲੀਆਂ ਤੋਂ ਬਗੈਰ ਤੁਸੀਂ ਜਾਓਗੇ ਤੇ ਜਾਣ ਦੇਵਾਂਗੇ। ਇਹ ਤੇ ਮੌਕਾ ਮੁਨਾਸਬ ਦੱਸੂਗਾ ਵੀ ਉਹ ਜਾਣ ਦਿੰਦੇ ਕਿ ਅਸੀਂ ਤਾਂ ਇਹੀ ਗੱਲ ਸਰਕਾਰ ਦੀ ਨੰਗੀ ਕਰਨਾ ਚਾਹੁੰਦੇ ਹਾਂ। ਇਹ ਐਂ ਲੱਗਦਾ ਜਿਵੇਂ ਕੌਮਾਂਤਰੀ ਸਰਹੱਦ ਹੁੰਦੀ ਆ, ਕੌਮਾਂਤਰੀ ਸਰਹੱਦ ਤੇ ਵੀ ਕਾਨੂੰਨ ਹੁੰਦਾ, ਤਾਰਾਂ ਹੁੰਦੀਆਂ, ਕੰਧਾਂ ਨਹੀਂ ਹੁੰਦੀਆਂ। ਤੋ ਇੱਥੇ ਤਾਂ ਕੰਧਾਂ ਕੱਢੀਆਂ ਹੋਈਆਂ ਵਾ, ਪੂਰੀ ਤਰ੍ਹਾਂ ਪੰਜਾਬ ਦਾ ਬਾਰਡਰ ਸੀਲ ਆ। ਹਰਿਆਣਾ ਦੇ ਵਿੱਚ 75,000 ਅਰਧ ਸੈਨਿਕ ਫੋਰਸ ਲੱਗੇ, ਦਿੱਲੀ ਨੂੰ ਵੀ ਬੰਦ ਕੀਤਾ ਗਿਆ। ਤੋ ਜਿੰਨੀ ਸਾਡੀ ਆਰਥਿਕਤਾ ਦਾ ਨੁਕਸਾਨ ਹੋਇਆ, ਸਾਡੇ ਵਪਾਰੀ ਦਾ ਹੋਇਆ, ਹਰਿਆਣੇ ਦਾ ਹੋਇਆ, ਤੋ ਕੇਂਦਰ ਸਰਕਾਰ ਕੋਲ ਇਸ ਗੱਲ ਦੀ ਭਰਪਾਈ ਹੋਣੀ ਚਾਹੀਦੀ ਆ। ਮੈਨੂੰ ਲੱਗਦਾ ਮਾਨਯੋਗ ਸੁਪਰੀਮ ਕੋਰਟ ਨੂੰ ਸੋ ਕੋਲ ਨੋਟਿਸ ਲੈ ਕੇ ਇਹਦੀ ਕਾਰਵਾਈ ਕਰਨੀ ਚਾਹੀਦੀ ਆ। ਦੇਖੋ ਸਵਾਲ ਤਾਂ ਇਹ ਹੈਗਾ ਵੀ ਕੇਂਦਰ ਸਰਕਾਰ ਸਾਨੂੰ ਰਾਜਧਾਨੀ ਜਾਣ ਦਿੰਦੀ, ਗੋਲੀਆਂ ਉਹ ਚਲਾ ਰਹੇ ਆ, ਹੰਝੀ ਗੋਂਦ ਉਹ ਚਲਾ ਰਹੇ ਆ, ਬੁਲਟ ਉਹ ਚਲਾ ਰਹੇ ਆ, 79 ਲੋਕਾਂ ਨੇ ਜ਼ਖਮੀ ਹੋਣਾ ਜੀ, ਧੱਕਾ ਵਾ ਸਾਡੇ ਨਾਲ ਜਬਰ ਆ। ਤੋ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਅੱਜ ਅਰਦਾਸ ਕਰਨਾ ਹੈ ਅੱਗੇ ਸਤਿਗੁਰ ਗਾੜੀ ਅਰਦਾਸ ਕਰਾਂਗੇ ਵੀ ਮੋਦੀ ਸਰਕਾਰ ਨੂੰ ਅਕਲ ਬਖਸ਼ੇ, ਉਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨੇ, ਔਰ ਨਹੀਂ ਤਾਂ ਫਿਰ ਕਿਸਾਨਾਂ ਮਜ਼ਦੂਰਾਂ ਨੂੰ ਬਲ ਬਖਸ਼ੇ ਵੀ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅੰਦੋਲਨ ਜਾਰੀ ਰਹੇਗਾ। ਦੇਖੋ ਗੁਰੂ ਰਾਮਦਾਸ ਦੇ ਘਰ ਪਹੁੰਚੇ ਅੱਜ ਮੋਰਚਾ ਦੇ 'ਚ ਸ਼ੰਭੂ ਅਤੇ ਖਨੌਰੀ ਵਿੱਚ ਚੱਲਦੇ ਹਾਂ 22ਵਾਂ ਦਿਨ ਆ। ਤੋ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਅੱਜ ਅਰਦਾਸ ਕਰਨਾ ਹੈ ਅੱਗੇ ਸਤਿਗੁਰ ਗਾੜੀ ਅਰਦਾਸ ਕਰਾਂਗੇ ਵੀ ਮੋਦੀ ਸਰਕਾਰ ਨੂੰ ਅਕਲ ਬਖਸ਼ੇ, ਉਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨੇ, ਔਰ ਨਹੀਂ ਤਾਂ ਫਿਰ ਕਿਸਾਨਾਂ ਮਜ਼ਦੂਰਾਂ ਨੂੰ ਬਲ ਬਖਸ਼ੇ ਵੀ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅੰਦੋਲਨ ਜਾਰੀ ਰਹੇਗਾ। ਜਿੱਦਾਂ ਪੂਰੀ ਦੁਨੀਆ ਦੇ, ਦੇਸ਼ ਭਰ ਦੇ ਲੋਕਾਂ ਵੱਲੋਂ ਸਾਨੂੰ ਜਿਹੜਾ ਵਾ ਇਹ ਸਪੋਰਟ ਮਿਲ ਰਹੀ ਸੀ, ਧੰਨਵਾਦ ਕਰਦੇ ਹਾਂ। ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਜਿਹੜਾ ਵਾ ਮੋਰਚੇ ਦੀ ਚੜ੍ਹਦੀ ਕਲਾ ਦੀ ਅਰਦਾਸ ਹੋ ਰਹੀ ਆ। ਸੋ ਸਾਰਿਆਂ ਦਾ ਧੰਨਵਾਦ। ਅਸੀਂ ਇਹ ਵੀ ਕਹਿਣਾ ਚਾਹਾਂਗੇ ਵੀ ਹਰ ਐਤਵਾਰ ਦੇ ਐਤਵਾਰ ਜਿਹੜੇ ਮੁਲਾਜ਼ਮ ਨੇ, ਆਮ ਸ਼ਹਿਰੀ ਨੇ, ਦੁਕਾਨਦਾਰ ਨੇ, ਉਹ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਜਿਹੜਾ ਵਾ ਉਹ ਸ਼ੰਭੂ ਜਾਂ ਖਨੌਰੀ ਮੋਰਚੇ ਦੇ ਵਿੱਚ ਹਾਜ਼ਰੀ ਜ਼ਰੂਰ ਲਾਉਣ। ਇਹ ਸਾਡੀ ਜ਼ਰੂਰ ਉਹਨਾਂ ਨੂੰ ਹੋਊਗੀ। ਅਸੀਂ ਗੁਰੂ ਰਾਮਦਾਸ ਦੇ ਘਰ ਅੱਜ ਮੋਰਚੇ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨਾ ਹੈ। ਦਿੱਲੀ ਜਾਣ ਵਾਸਤੇ ਕਿਸਾਨਾਂ ਨੂੰ ਜਿਹੜਾ ਰੋਕਿਆ ਜਾ ਰਿਹਾ ਜੀ, ਇੱਕ ਦੇਖਿਆ ਜਾਵੇ ਮਤਲਬ ਪੰਜਾਬ ਦੇ ਜਿਹੜੇ ਹਾਲਾਤ ਬਣੇ ਜੀ ਉਹ ਇੱਕਦਮ ਬੈਰੀਕੇਡ ਕੀਤੇ, ਮਤਲਬ ਬਾਰਡਰ ਦੇ ਟਾਈਪ ਲੱਗ ਰਿਹਾ, ਜਿੱਦਾਂ ਕੋਈ ਜੋ ਹਾਲਾਤ ਪਹਿਲਾਂ ਵੀ ਵੇਖਣ ਨੂੰ ਮਿਲੇ ਆ ਜਿਸ ਤਰੀਕੇ ਦੇ ਨਾਲ ਸਰਕਾਰ ਦਾ ਤਸ਼ੱਦਦ ਕਿਸਾਨਾਂ ਦੇ ਉੱਤੇ ਹੋ ਰਿਹਾ। ਦੇਖੋ ਹਰੇਕ ਨਾਗਰਿਕ ਨੂੰ ਸਾਡੇ ਨੂੰ ਅਧਿਕਾਰ ਆ ਵੀ ਅਸੀਂ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਪ੍ਰਦਰਸ਼ਨ ਕਰ ਸਕੀਏ। ਇਹ ਐਂ ਲੱਗਦਾ ਜਿਵੇਂ ਕੌਮਾਂਤਰੀ ਸਰਹੱਦ ਹੁੰਦੀ ਆ, ਕੌਮਾਂਤਰੀ ਸਰਹੱਦ ਤੇ ਵੀ ਕਾਨੂੰਨ ਹੁੰਦਾ, ਤਾਰਾਂ ਹੁੰਦੀਆਂ, ਕੰਧਾਂ ਨਹੀਂ ਹੁੰਦੀਆਂ। ਤੋ ਇੱਥੇ ਤਾਂ ਕੰਧਾਂ ਕੱਢੀਆਂ ਹੋਈਆਂ ਵਾ, ਪੂਰੀ ਤਰ੍ਹਾਂ ਪੰਜਾਬ ਦਾ ਬਾਰਡਰ ਸੀਲ ਆ। ਹਰਿਆਣਾ ਦੇ ਵਿੱਚ 75,000 ਅਰਧ ਸੈਨਿਕ ਫੋਰਸ ਲੱਗੇ, ਦਿੱਲੀ ਨੂੰ ਵੀ ਬੰਦ ਕੀਤਾ ਗਿਆ। ਤੋ ਜਿੰਨੀ ਸਾਡੀ ਆਰਥਿਕਤਾ ਦਾ ਨੁਕਸਾਨ ਹੋਇਆ, ਸਾਡੇ ਵਪਾਰੀ ਦਾ ਹੋਇਆ, ਹਰਿਆਣੇ ਦਾ ਹੋਇਆ, ਤੋ ਕੇਂਦਰ ਸਰਕਾਰ ਕੋਲ ਇਸ ਗੱਲ ਦੀ ਭਰਪਾਈ ਹੋਣੀ ਚਾਹੀਦੀ ਆ। ਮੈਨੂੰ ਲੱਗਦਾ ਮਾਨਯੋਗ ਸੁਪਰੀਮ ਕੋਰਟ ਨੂੰ ਸੋ ਕੋਲ ਨੋਟਿਸ ਲੈ ਕੇ ਇਹਦੀ ਕਾਰਵਾਈ ਕਰਨੀ ਚਾਹੀਦੀ ਆ। ਲੋਕ ਸਭਾ ਦੇ ਚੁਣਾਵ ਵੀ ਨੇੜੇ ਆ ਰਹੇ ਨੇ ਜੀ, ਇਸ ਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਸਾਡਾ ਚੁਣਾਵਾਂ ਨਾਲ ਕੋਈ ਰੌਲਾ ਨਹੀਂ ਹੈਗਾ। ਕੇਂਦਰ ਸਾਡੇ ਨਾਲ ਅੱਜ ਬਹਿ ਕੇ ਸਾਡੀਆਂ ਮੰਗਾਂ ਮੰਨ ਲਵੇ ਤਾਂ ਵੀ ਠੀਕ ਆ, ਨਹੀਂ ਹੋਊਗਾ ਨਵੀਂ ਸਰਕਾਰ ਆਊਗੀ ਉਹਦੇ ਕੋਲ ਮਨਵਾ ਲਾਂਗੇ। ਅੰਦੋਲਨ ਹਰ ਹਾਲ ਦੇ ਵਿੱਚ ਜਾਰੀ ਰੱਖਾਂਗੇ। ਜਦੋਂ ਦੇਸ਼ ਨੇ ਨਵਾਂ ਪ੍ਰਧਾਨ ਮੰਤਰੀ, ਨਵੀਂ ਸਰਕਾਰ ਚੁਣਨੀ ਆ, ਉਹਦੇ ਵਿੱਚ ਕਿਸਾਨ ਮਜ਼ਦੂਰ ਦਾ ਏਜੰਡਾ ਵੀ ਸਾਰੇ ਦੇਸ਼ ਵਿੱਚ ਜਾਣਾ ਚਾਹੀਦਾ। ਅਸੀਂ ਆਪਦਾ ਏਜੰਡਾ ਤੈਅ ਕਰਵਾਵਾਂਗੇ ਆਉਣ ਵਾਲੀ ਸਰਕਾਰ ਕੋਲ। ਕੀ ਇਸ ਮੁੱਦੇ ਨੂੰ ਲੈ ਕੇ ਪੰਜਾਬ ਦੀ ਕੋਈ ਪੋਲੀਟੀਕਲ ਪਾਰਟੀ ਵੀ ਇਸਦੇ ਤੁਹਾਡਾ ਸਮਰਥਨ ਕਰ ਰਹੀ ਹੈ? ਦੇਖੋ ਪੋਲੀਟੀਕਲ ਪਾਰਟੀਆਂ ਸਾਰੀਆਂ ਇੱਕੋ ਜਿਹੀਆਂ ਹੁੰਦੀਆਂ ਵਾ। ਜਿਨ੍ਹਾਂ ਜਿਨ੍ਹਾਂ ਨੇ ਸੱਤਾ 'ਤੇ ਰਾਜ ਕੀਤਾ ਕਿਸੇ ਨੇ ਵੀ ਕਿਸਾਨ ਮਜ਼ਦੂਰ ਦੀ ਸੁਣੀ ਨਹੀਂ ਹੈਗੀ। ਜੋ ਪੰਜਾਬ ਦੀ ਵਿਧਾਨ ਸਭਾ 'ਚ ਆ ਰਿਹਾ ਇਹ ਵੀ ਭਾਜਪਾ ਦਾ ਹੱਥ ਪਟਾਉਣ ਵਾਲੀ ਗੱਲ ਆ। ਵੀ ਹੁਣ ਜਿਹੜੀਆਂ ਚੈਨਲਾਂ ਦੀਆਂ ਡਿਬੇਟਾਂ ਵਾ ਨਾ, ਉਹ ਇਸ ਗੱਲ 'ਤੇ ਚੱਲਣ ਕੇ ਇਹਦਾ ਸੁਭਾਅ ਕਿਹੋ ਜਿਹਾ ਕਿਹੋ ਜਿਹਾ ਨਹੀਂ ਹੈਗਾ। ਲੋਕਾਂ ਦੇ ਮੁੱਦੇ ਤੋੜੇ ਆ, ਰੋਜ਼ ਜਿਹੜੀਆਂ ਕਿਸਾਨਾਂ ਮਜ਼ਦੂਰਾਂ 'ਤੇ ਡਿਬੇਟਾਂ ਹੁੰਦੀਆਂ ਨੂੰ ਚੇਂਜ ਕਰ ਦਿੱਤਾ ਹੈਗਾ। ਤਾਂ ਅਸੀਂ ਤਾਂ ਭਗਵੰਤ ਮਾਨ ਸਰਕਾਰ ਨੂੰ ਕਹਿੰਦੇ ਹਾਂ ਵੀ ਜੋ ਕੁਝ ਪੰਜਾਬ ਨਾਲ ਹੋਇਆ ਕੀ ਫਿਕਸ ਮੈਟ ਸੀਗਾ,
ਜਾਂ ਅੱਡ ਅੱਡ ਸੀਗਾ ਉਹਦੇ ਬਾਰੇ ਤਾਂ ਮਾਨਯੋਗ ਮੁੱਖ ਮੰਤਰੀ ਦੱਸਣਗੇ ਵੀ ਕੀ ਹੋਇਆ, ਜਾਂ ਫਿਰ ਜੇ ਸੱਚੇ ਜੇ ਤੇ ਜਿਸ ਕਿਸਮ ਦੇ ਸਾਡੇ ਨੌਜਵਾਨ ਜ਼ਖਮੀ ਹੋਏ ਆ ਉਹਨਾਂ ਦੇ ਖਿਲਾਫ਼ ਦੂਜੀ FIR ਦਰਜ ਕਰੋ। ਪੰਜਾਬ ਦੀ ਸੁਤੰਤਰ ਟੈਰੀਟਰੀ ਨੂੰ ਕਿਸੇ ਨੂੰ ਵੀ ਵਰਤਣ ਦਾ ਹੱਕ ਨਹੀਂ ਗਾ। ਮਮਤਾ ਬੈਨਰਜੀ ਵਾਹਿਦ ਮੁੱਖ ਮੰਤਰੀ ਆ ਜਿਹਦੀ ਟੈਰੀਟਰੀ 'ਚ ED ਵੀ ਨਹੀਂ ਜਾ ਸਕਦੀ। ਜੇ ਕਿਸੇ ਮੁੱਖ ਮੰਤਰੀ ਦਾ ਮਨ ਕਰਦਾ ਹੋਵੇ ਸਾਡੀ ਟੈਰੀਟਰੀ ਨੂੰ ਇਸਤੇਮਾਲ ਨਹੀਂ ਕੀਤਾ ਜਾ ਸਕਦਾ। ਜੋ ਇਸ ਵੇਲੇ ਸੁਨੀਲ ਜਾਖੜ ਜੀ ਬੋਲ ਰਹੇ ਆ, ਕਹਿ ਰਹੇ ਆ, ਉਹ ਜੋ ਕੇਂਦਰ ਨੇ ਅੰਦਰ ਪ੍ਰਸਤਾਵ ਰੱਖਿਆ ਸੀਗਾ, ਠੀਕ ਆ, ਉਹੀ ਬੋਲੀ ਬੋਲ ਰਹੇ ਕੰਟੈਕਟ ਬੇਸ ਖੇਤੀ। ਔਰ ਸੁਨੀਲ ਜਾਖੜ ਜੀ ਜਿਹੜੇ ਲਹੂ ਨਾ ਕੇਂਦਰ ਸਰਕਾਰ ਨਹਾਤੀ ਆ ਉਹਦੇ ਲਹੂ ਦੇ ਧੱਬੇ ਧੋਣਾ ਚਾਹੁੰਦੇ ਆ, ਧੁੱਪਣੇ ਨਹੀਂ ਹੈਗੇ ਏਡੀ ਛੇਤੀ। ਦੇਖੋ ਸਵਾਲ ਤਾਂ ਇਹ ਹੈਗਾ ਵੀ ਕੇਂਦਰ ਸਰਕਾਰ ਸਾਨੂੰ ਰਾਜ ਤਾਂ ਨਹੀਂ ਜਾਣ ਦਿੰਦੀ, ਗੋਲੀਆਂ ਉਹ ਚਲਾ ਰਹੇ ਆ, ਹੰਜੀ ਗੋਂਦ ਉਹ ਚਲਾ ਰਹੇ ਆ, ਬੁਲਟ ਉਹ ਚਲਾ ਰਹੇ ਆ, ਨਿਹੱਤੇ ਲੋਕਾਂ ਨੇ ਜ਼ਖਮੀ ਹੋਣਾ ਜੀ, ਧੱਕਾ ਵਾ ਸਾਡੇ ਨਾਲ ਜਬਰ ਆ। ਪਰ ਜਿਹੜੀ ਕੋਲ ਤੁਹਾਡੀ ਦਿੱਤੀ ਗਈ 6 ਤਰੀਕ ਨੂੰ ਜਾਣਾ ਤੁਸੀਂ ਦਿੱਲੀ ਟ੍ਰੇਨਾਂ ਰਾਹੀਂ ਜਾਂ ਬੱਸਾਂ ਰਾਹੀਂ ਜੋ ਤੁਸੀਂ ਕਿਹਾ ਆ ਕਿ ਲੱਗਦਾ ਕਿ ਕੇਂਦਰ ਜਾਣ ਦੇਗੀ ਹੁਣ ਵੀ, ਕਿਉਂਕਿ 14 ਤਰੀਕ ਦੀ ਕੋਲ ਸੰਯੁਕਤ ਕਿਸਾਨ ਮੋਰਚੇ ਦੀ ਵੀ ਹੈਗੀ ਹੈ। ਦੇਖੋ ਜਾਣ ਦੇਵੇ ਨਾ ਜਾਣ ਦੇਵੇ ਸਰਕਾਰ ਦੀ ਮਰਜ਼ੀ, ਉਹ ਤਾਂ ਕਹਿ ਰਹੇ ਵੀ ਟਰੈਕਟਰ ਟਰਾਲੀਆਂ ਤੋਂ ਬਗੈਰ ਤੁਸੀਂ ਜਾਓਗੇ ਤੇ ਜਾਣ ਦੇਵਾਂਗੇ। ਇਹ ਤੇ ਮੌਕਾ ਮੁਨਾਸਬ ਦੱਸੂਗਾ ਵੀ ਉਹ ਜਾਣ ਦਿੰਦੇ ਕਿ ਅਸੀਂ ਤਾਂ ਇਹੀ ਗੱਲ ਸਰਕਾਰ ਦੀ ਨੰਗੀ ਕਰਨਾ ਚਾਹੁੰਦੇ ਹਾਂ ਵੀ ਸਰਕਾਰ ਕਿਸੇ ਵੀ ਕੀਮਤ ਤੇ ਦਿੱਲੀ ਜਾਣ ਨਹੀਂ ਦੇਣਾ ਦਿੰਦੀ ਹੈਗੀ ਉਹਨਾਂ ਦੀ। ਤੋ ਇਹ ਆਉਣ ਵਾਲੇ ਸਮੇਂ ਵਿੱਚ ਸਾਰਾ ਕੁਝ ਲੋਕਾਂ ਸਾਹਮਣੇ ਸਾਫ਼ ਹੋ ਜੂਗਾ ਵੀ ਮੋਦੀ ਸਰਕਾਰ ਇੱਕ ਡਿਕਟੇਟਰ ਸਰਕਾਰ ਆ ਉਹ।